ਚੀਨ ਦੇ ਪਾਕਿਸਤਾਨ ਨੇ ਭਾਰਤ ਨਾਲ ਸਰਹੱਦੀ ਇਲਾਕਿਆਂ ਵਿੱਚ ਸਥਿਤੀ ਸੁਧਾਰਨ ਬਣਾਉਣ ਦੀ ਗੱਲ ਕਰਕੇ ਇੱਕ ਵਾਰ ਮੁੜ ਆਪਣੀ ਜੰਗੀ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਨੇ। ਚੀਨ ਦੇ ਪਾਕਿਸਤਾਨ ਦੀ ਹਵਾਈ ਸੈਨਾ ਇੰਨੀ ਦਿਨੀ ਪੂਰਬੀ ਲਦਾਖ ਦੇ ਵਿੱਚ ਵਾਸਤਵਿਕ ਕੰਟਰੋਲ ਰੇਖਾ ਦੇ ਪਾਰ ਤਿੱਬਤ ਵਿੱਚ ਸੰਯੁਕਤ ਯੋਧ ਅਭਿਆਸ ਕਰ ਰਹੀ ਹੈ। ਇਸ ਅਭਿਆਸ ਵਿੱਚ ਦੋਹਾਂ ਦੇਸ਼ਾਂ ਦੀਆਂ ਸੈਨਾਵਾਂ ਹਵਾ ਤੋਂ ਹਵਾ ਵਿੱਚ, ਜ਼ਮੀਨ ਤੋਂ ਹਵਾ ਵਿੱਚ, ਸਮੁੰਦਰ ਤੋਂ ਹਵਾ ਵਿੱਚ ਨਿਸ਼ਾਨਾ ਲਗਾਉਣ ਵਾਲੀਆਂ ਮਿਜ਼ਾਈਲਾਂ UAV ਅਤੇ ਡਰੋਨ ਦੀ ਵਰਤੋਂ ਕਰ ਰਹੀਆਂ ਨੇ। ਭਾਰਤੀ ਸੈਨਾ ਨੇ ਵੀ ਇਸ ਸੰਯੁਕਤ ਯੁੱਧ ਅਭਿਆਸ ਦੇ ਨੋਟਿਸ ਲੈਂਦੇ ਹੋਏ ਜੰਮੂ ਕਸ਼ਮੀਰ ਵਿੱਚ ਪਾਕਿਸਤਾਨ ਨਾਲ ਲੱਗਦੀ ਵਾਸਤਵਿਕ ਕੰਟਰੋਲ ਰੇਖਾ ਅਤੇ ਪੂਰਬੀ ਲਦਾਖ ਵਿੱਚ ਚੀਨ ਨਾਲ ਲੱਗਦੀ ਵਾਸਤਵਿਕ ਕੰਟਰੋਲ ਰੇਖਾ 'ਤੇ ਸਾਵਧਾਨੀ ਵਧਾ ਦਿੱਤੀ ਹੈ। ਉੱਥੇ ਇਸ ਯੁੱਧ ਅਭਿਆਸ ਦਾ ਸਮਾਂ ਵੀ ਕਈ ਸਵਾਲ ਖੜ੍ਹੇ ਕਰਦਾ। ਸੂਤਰਾਂ ਨੇ ਦੱਸਿਆ ਕਿ ਇੱਕ ਦੋ ਦਿਨ ਪਹਿਲਾਂ ਪੂਰਬੀ ਲਦਾਖ ਵਿੱਚ ਵਾਸਤਵਿਕ ਕੰਟਰੋਲ ਰੇਖਾ ਨੇੜੇ ਦੇਖੇ ਗਏ ਚੀਨੀ ਸੈਨਾ ਦੇ ਲੜਾਕੂ ਜਹਾਜ਼ ਇਸ ਯੁੱਧ ਅਭਿਆਸ ਵਿੱਚ ਸ਼ਾਮਲ ਸਨ। ਉਹਨਾਂ ਦੱਸਿਆ ਕਿ ਤਿੱਬਤ ਵਿੱਚ ਜਾਰੀ ਇਸ ਸੰਯੁਕਤ ਮਿਲਟਰੀ ਅਭਿਆਸ 15 ਜੂਨ ਤੱਕ ਜਾਰੀ ਰਹੇਗਾ। ਸ਼ੁਰੂਆਤੀ ਸੂਚਨਾਵਾਂ ਦੇ ਮੁਤਾਬਕ 22 ਮਈ ਨੂੰ ਸ਼ੁਰੂ ਹੋਇਆ ਇਹ ਯੁੱਧ ਅਭਿਆਸ 15 ਦਿਨ ਦੇ ਲਈ ਸੀ, ਪਰ ਬਾਅਦ ਦੇ ਵਿੱਚ ਇਸ ਦੀ ਮਿਆਦ ਵਧਾਈ ਗਈ ਹੈ। ਕਿਹਾ ਗਿਆ ਕਿ ਇਹ ਸੰਯੁਕਤ ਯੁੱਧ ਅਭਿਆਸ ਇਸ ਲਈ ਸੁਧਾਰ ਨਹੀਂ ਕਿਹਾ ਜਾਵੇਗਾ ਕਿਉਂਕਿ ਇਸ ਯੁੱਧ ਅਭਿਆਸ ਦੇ ਨਾਲ ਪੂਰਬੀ ਚੀਨ ਦੀ ਹਵਾਈ ਸੈਨਾ ਪੀਪਲਜ਼ ਲਿਬਰੇਸ਼ਨ ਹਵਾਈ ਸੈਨਾ ਦੇ ਸੀਨੀਅਰ ਅਧਿਕਾਰੀਆਂ ਦੇ ਇੱਕ ਦਲ ਨੇ ਪਾਕਿਸਤਾਨੀ ਹਵਾਈ ਸੈਨਾ ਦੇ ਅਧਿਕਾਰੀ ਨੂੰ ਪਾਕਿਸਤਾਨ ਜਾ ਕੇ ਸਿਖਲਾਈ ਦਿੱਤੀ ਹੈ। ਯੁੱਧ ਅਭਿਆਸ ਤੋਂ ਪਹਿਲਾਂ ਬੀਤੇ ਸਾਲ ਪਾਕਿਸਤਾਨੀ ਸੈਨਾ ਨੇ ਸੈਕਟਰ 2 ਵਿੱਚ ਇੱਕ ਏਅਰਬੇਸ ਤੇ JF-17 ਫਾਈਟਰ ਜੈਟ ਨੂੰ ਤਾਇਨਾਤ ਕੀਤਾ ਹੈ। ਲਦਾਖ ਦੇ ਬਹੁਤ ਨੇੜੇ ਇਸ ਏਅਰਬੇਸ ਦੀ ਵਰਤੋਂ ਪਾਕਿਸਤਾਨ ਨਾਲ ਚੀਨੀ ਹਵਾਈ ਸੈਨਾ ਵੀ ਕਰਦੀ ਹੈ। ਇੱਥੋਂ ਉਡਾਣ ਭਰਨ ਦੇ ਬਾਅਦ ਪਾਕਿਸਤਾਨੀ ਲੜਾਕੂ ਜਹਾਜ਼ ਮੁਸ਼ਕਲ ਨਾਲ 5 ਮਿੰਟ ਵਿੱਚ ਭਾਰਤੀ ਹਵਾਈ ਖੇਤਰ ਵਿੱਚ ਦਾਖਲ ਹੋ ਸਕਦੇ ਨੇ। ਇਸ ਹਵਾਈ ਅੱਡੇ ਦੇ ਭੂਮੀਗਤ ਬਾਲਣ ਸਟੇਸ਼ਨ ਅਤੇ ਹਥਿਆਰ ਡਿਪੋ ਦਾ ਵੀ ਨਿਰਮਾਣ ਕੀਤਾ ਗਿਆ ਹੈ। ਤਿੱਬਤ ਨੂੰ ਚੀਨ ਅਤੇ ਪਾਕਿਸਤਾਨ ਵੱਲੋਂ ਸੰਯੁਕਤ ਯੁੱਧ ਅਭਿਆਸ ਲਈ ਚੁਣੇ ਜਾਣ 'ਤੇ ਰਿਟਾਇਰ ਮੇਜਰ ਜਨਰਲ ਦਿਲਾਵਰ ਸਿੰਘ ਨੇ ਕਿਹਾ ਕਿ ਤਿੱਬਤ ਨੂੰ ਉਸਦੇ ਰਣਨੀਤਿਕ ਮਹੱਤਵ ਅਤੇ ਉਸਦੇ ਭੂਗੋਲਿਕ ਹਾਲਾਤ ਦੇ ਮੱਦੇਨਜ਼ਰ ਚੁਣਿਆ ਗਿਆ ਹੈ। ਇਹ ਪੂਰਬੀ ਲਦਾਖ ਦੇ ਨਾਲ ਲੱਗਦਾ ਹੈ ਜਿੱਥੇ ਬੀਤੇ 1 ਸਾਲ ਤੋਂ ਚੀਨ ਅਤੇ ਭਾਰਤ ਵਿਚਾਲੇ ਮਿਲਟਰੀ ਤਣਾਅ ਹੈ। ਇਸ ਦੇ ਇਲਾਵਾ ਇਹ ਇਲਾਕਾ ਪਾਕਿਸਤਾਨ ਦੇ ਵੀ ਨੇੜੇ ਹੈ। ਦੋਵੇਂ ਦੇਸ਼ ਇਸ ਯੁੱਧ ਅਭਿਆਸ ਦੇ ਨਾਲ ਜਿੱਥੇ ਇਸ ਪੂਰੇ ਖੇਤਰ ਵਿੱਚ ਆਪਣੇ ਸੈਨਿਕਾਂ ਨੂੰ ਭੂਗੋਲਿਕ ਹਾਲਾਤਾਂ ਦੇ ਅਨੁਕੂਲ ਬਣਾ ਰਹੇ ਨੇ, ਉੱਥੇ ਇਸ ਦੇ ਜ਼ਰੀਏ ਭਾਰਤ 'ਤੇ ਦਬਾਅ ਬਣਾਉਣ ਦੀ ਕੋਸ਼ਿਸ਼ ਵੀ ਕਰ ਰਹੇ ਨੇ। ਬਿਊਰੋ ਰਿਪੋਰਟ, ਆਵਾਜ਼ੀਕੌਮ TV। ਚੀਨ ਦੇ ਪਾਕਿਸਤਾਨ ਨੇ ਭਾਰਤ ਨਾਲ ਸਰਹੱਦੀ ਇਲਾਕਿਆਂ ਵਿੱਚ ਸਥਿਤੀ ਸੁਧਾਰਨ ਬਣਾਉਣ ਦੀ ਗੱਲ ਕਰਕੇ ਇੱਕ ਵਾਰ ਮੁੜ ਆਪਣੀ ਜੰਗੀ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਨੇ। ਚੀਨ ਦੇ ਪਾਕਿਸਤਾਨ ਦੀ ਹਵਾਈ ਸੈਨਾ ਇੰਨੀ ਦਿਨੀ ਪੂਰਬੀ ਲਦਾਖ ਦੇ ਵਿੱਚ ਵਾਸਤਵਿਕ ਕੰਟਰੋਲ ਰੇਖਾ ਦੇ ਪਾਰ ਤਿੱਬਤ ਵਿੱਚ ਸੰਯੁਕਤ ਯੁੱਧ ਅਭਿਆਸ ਕਰ ਰਹੀ ਹੈ। ਇਸ ਅਭਿਆਸ ਵਿੱਚ ਦੋਹਾਂ ਦੇਸ਼ਾਂ ਦੀਆਂ ਸੈਨਾਵਾਂ ਹਵਾ ਤੋਂ ਹਵਾ ਵਿੱਚ, ਜ਼ਮੀਨ ਤੋਂ ਹਵਾ ਵਿੱਚ, ਸਮੁੰਦਰ ਤੋਂ ਹਵਾ ਵਿੱਚ ਨਿਸ਼ਾਨਾ ਲਗਾਉਣ ਵਾਲੀਆਂ ਮਿਜ਼ਾਈਲਾਂ UAV ਅਤੇ ਡਰੋਨ ਦੀ ਵਰਤੋਂ ਕਰ ਰਹੀਆਂ ਨੇ। ਭਾਰਤੀ ਸੈਨਾ ਨੇ ਵੀ ਇਸ ਸੰਯੁਕਤ ਯੁੱਧ ਅਭਿਆਸ ਦੇ ਨੋਟਿਸ ਲੈਂਦੇ ਹੋਏ ਜੰਮੂ ਕਸ਼ਮੀਰ ਵਿੱਚ ਪਾਕਿਸਤਾਨ ਨਾਲ ਲੱਗਦੀ ਵਾਸਤਵਿਕ ਕੰਟਰੋਲ ਰੇਖਾ ਅਤੇ ਪੂਰਬੀ ਲਦਾਖ ਵਿੱਚ ਚੀਨ ਨਾਲ ਲੱਗਦੀ ਵਾਸਤਵਿਕ ਕੰਟਰੋਲ ਰੇਖਾ 'ਤੇ ਸਾਵਧਾਨੀ ਵਧਾ ਦਿੱਤੀ ਹੈ। ਉੱਥੇ ਇਸ ਯੁੱਧ ਅਭਿਆਸ ਦਾ ਸਮਾਂ ਵੀ ਕਈ ਸਵਾਲ ਖੜ੍ਹੇ ਕਰਦਾ। ਸੂਤਰਾਂ ਨੇ ਦੱਸਿਆ ਕਿ ਇੱਕ ਦੋ ਦਿਨ ਪਹਿਲਾਂ ਪੂਰਬੀ ਲਦਾਖ ਵਿੱਚ ਵਾਸਤਵਿਕ ਕੰਟਰੋਲ ਰੇਖਾ ਨੇੜੇ ਦੇਖੇ ਗਏ ਚੀਨੀ ਸੈਨਾ ਦੇ ਲੜਾਕੂ ਜਹਾਜ਼ ਇਸ ਯੁੱਧ ਅਭਿਆਸ ਵਿੱਚ ਸ਼ਾਮਲ ਸਨ। ਉਹਨਾਂ ਦੱਸਿਆ ਕਿ ਤਿੱਬਤ ਵਿੱਚ ਜਾਰੀ ਇਸ ਸੰਯੁਕਤ ਮਿਲਟਰੀ ਅਭਿਆਸ 15 ਜੂਨ ਤੱਕ ਜਾਰੀ ਰਹੇਗਾ। ਸ਼ੁਰੂਆਤੀ ਸੂਚਨਾਵਾਂ ਦੇ ਮੁਤਾਬਕ 22 ਮਈ ਨੂੰ ਸ਼ੁਰੂ ਹੋਇਆ ਇਹ ਯੁੱਧ ਅਭਿਆਸ 15 ਦਿਨ ਦੇ ਲਈ ਸੀ, ਪਰ ਬਾਅਦ ਦੇ ਵਿੱਚ ਇਸ ਦੀ ਮਿਆਦ ਵਧਾਈ ਗਈ ਹੈ। ਕਿਹਾ ਗਿਆ ਕਿ ਇਹ ਸੰਯੁਕਤ ਯੁੱਧ ਅਭਿਆਸ ਇਸ ਲਈ ਸੁਧਾਰ ਨਹੀਂ ਕਿਹਾ ਜਾਵੇਗਾ ਕਿਉਂਕਿ ਇਸ ਯੁੱਧ ਅਭਿਆਸ ਦੇ ਨਾਲ ਪੂਰਬੀ ਚੀਨ ਦੀ ਹਵਾਈ ਸੈਨਾ ਪੀਪਲਜ਼ ਲਿਬਰੇਸ਼ਨ ਹਵਾਈ ਸੈਨਾ ਦੇ ਸੀਨੀਅਰ ਅਧਿਕਾਰੀਆਂ ਦੇ ਇੱਕ ਦਲ ਨੇ ਪਾਕਿਸਤਾਨੀ ਹਵਾਈ ਸੈਨਾ ਦੇ ਅਧਿਕਾਰੀ ਨੂੰ ਪਾਕਿਸਤਾਨ ਜਾ ਕੇ ਸਿਖਲਾਈ ਦਿੱਤੀ ਹੈ। ਯੁੱਧ ਅਭਿਆਸ ਤੋਂ ਪਹਿਲਾਂ ਬੀਤੇ ਸਾਲ ਪਾਕਿਸਤਾਨੀ ਸੈਨਾ ਨੇ ਸੈਕਟਰ 2 ਵਿੱਚ ਇੱਕ ਏਅਰਬੇਸ ਤੇ JF-17 ਫਾਈਟਰ ਜੈਟ ਨੂੰ ਤਾਇਨਾਤ ਕੀਤਾ ਹੈ। ਲਦਾਖ ਦੇ ਬਹੁਤ ਨੇੜੇ ਇਸ ਏਅਰਬੇਸ ਦੀ ਵਰਤੋਂ ਪਾਕਿਸਤਾਨ ਨਾਲ ਚੀਨੀ ਹਵਾਈ ਸੈਨਾ ਵੀ ਕਰਦੀ ਹੈ। ਇੱਥੋਂ ਉਡਾਣ ਭਰਨ ਦੇ ਬਾਅਦ ਪਾਕਿਸਤਾਨੀ ਲੜਾਕੂ ਜਹਾਜ਼ ਮੁਸ਼ਕਲ ਨਾਲ 5 ਮਿੰਟ ਵਿੱਚ ਭਾਰਤੀ ਹਵਾਈ ਖੇਤਰ ਵਿੱਚ ਦਾਖਲ ਹੋ ਸਕਦੇ ਨੇ। ਇਸ ਹਵਾਈ ਅੱਡੇ ਦੇ ਭੂਮੀਗਤ ਬਾਲਣ ਸਟੇਸ਼ਨ ਅਤੇ ਹਥਿਆਰ ਡਿਪੋ ਦਾ ਵੀ ਨਿਰਮਾਣ ਕੀਤਾ ਗਿਆ ਹੈ। ਤਿੱਬਤ ਨੂੰ ਚੀਨ ਅਤੇ ਪਾਕਿਸਤਾਨ ਵੱਲੋਂ ਸੰਯੁਕਤ ਯੁੱਧ ਅਭਿਆਸ ਲਈ ਚੁਣੇ ਜਾਣ 'ਤੇ ਰਿਟਾਇਰ ਮੇਜਰ ਜਨਰਲ ਦਿਲਾਵਰ ਸਿੰਘ ਨੇ ਕਿਹਾ ਕਿ ਤਿੱਬਤ ਨੂੰ ਉਸਦੇ ਰਣਨੀਤਿਕ ਮਹੱਤਵ ਅਤੇ ਉਸਦੇ ਭੂਗੋਲਿਕ ਹਾਲਾਤ ਦੇ ਮੱਦੇਨਜ਼ਰ ਚੁਣਿਆ ਗਿਆ ਹੈ। ਇਹ ਪੂਰਬੀ ਲਦਾਖ ਦੇ ਨਾਲ ਲੱਗਦਾ ਹੈ ਜਿੱਥੇ ਬੀਤੇ 1 ਸਾਲ ਤੋਂ ਚੀਨ ਅਤੇ ਭਾਰਤ ਵਿਚਾਲੇ ਮਿਲਟਰੀ ਤਣਾਅ ਹੈ। ਇਸ ਦੇ ਇਲਾਵਾ ਇਹ ਇਲਾਕਾ ਪਾਕਿਸਤਾਨ ਦੇ ਵੀ ਨੇੜੇ ਹੈ। ਦੋਵੇਂ ਦੇਸ਼ ਇਸ ਯੁੱਧ ਅਭਿਆਸ ਦੇ ਨਾਲ ਜਿੱਥੇ ਇਸ ਪੂਰੇ ਖੇਤਰ ਵਿੱਚ ਆਪਣੇ ਸੈਨਿਕਾਂ ਨੂੰ ਭੂਗੋਲਿਕ ਹਾਲਾਤਾਂ ਦੇ ਅਨੁਕੂਲ ਬਣਾ ਰਹੇ ਨੇ, ਉੱਥੇ ਇਸ ਦੇ ਜ਼ਰੀਏ ਭਾਰਤ 'ਤੇ ਦਬਾਅ ਬਣਾਉਣ ਦੀ ਕੋਸ਼ਿਸ਼ ਵੀ ਕਰ ਰਹੇ ਨੇ। ਬਿਊਰੋ ਰਿਪੋਰਟ, ਆਵਾਜ਼ੀਕੌਮ TV।